ਦੇਖੋ, ਮੈਨੂੰ ਆਪ ਹਾਸਾ ਜਿਹਾ ਆ ਜਾਂਦਾ ਗੱਲ ਸੁਣ ਕੇ ਵੀ ਕਿਹਦਾ ਮੈਂ ਕੀ ਜਵਾਬ ਦੇਵਾਂ, ਕਿਹਨੂੰ ਟੰਗਣ ਜੋਗੇ ਹੈਗੇ ਉਹ, ਮੈਨੂੰ ਇਹ ਤਾਂ ਦੱਸੋ ਨਾ ਵੀ ਕੀ। ਹਾਂ, ਜੇ ਟੰਗਣਾ ਹੈ ਤਾਂ ਟੰਗ ਲਓ, ਜੇ ਟੰਗਣਾ ਹੈ ਤਾਂ ਭਾਈ ਟੰਗੋ, ਪੁੱਛਦੇ ਕਿਹਨੂੰ, ਤੁਹਾਡੇ ਹੱਥ ਤਾਕਤ ਆ, ਤੁਸੀਂ ਟੰਗ ਦਿਓ ਜਿਹਨੂੰ ਟੰਗਣਾ ਹੈ। ਉੱਥੇ ਕੇਸ, ਉੱਥੇ ਤਾਂ ਸਾਡਾ ਜਿਹਨੂੰ ਟੰਗਣ ਨੂੰ ਮੋਦੀ ਜੀ ਫਿਰਦੇ ਆ, ਉਹ ਆ ਕੇ ਪੰਜਾਬ 'ਚ ਲੁਕੇ ਹੋਏ ਸੀਗੇ। ਐਂ ਹੁੰਦਾ ਨਾ ਵੀ ਜੇ ਟੰਗਣ ਟੰਗਾਉਣ ਕਰੋਗੇ ਤਾਂ ਤੁਹਾਡਾ, ਤੁਹਾਨੂੰ ਵੀ ਕੋਈ ਟੰਗੂਗਾ। ਇਸ ਕਰਕੇ ਇਹ ਗੱਲਾਂ ਛੱਡੋ, ਟੰਗਣਾ ਹੈ ਜਾਂ ਟੰਗਾਉਣਾ ਹੈ ਇਹ ਨਹੀਂ ਪਤਾ ਲੱਗਦਾ ਹੁੰਦਾ ਕੌਣ ਕਿਹਨੂੰ ਟੰਗਦਾ ਹੈ। ਪਰ ਤੁਸੀਂ ਹਾਂ, ਜੇ ਕੋਈ ਕਰਪਟ ਉਹ ਮੂਹਰੇ ਲਿਆਓ, ਆਹ ਤਾਂ ਹੁਣ ਤੁਹਾਡੀਆਂ ਗੱਲਾਂ ਨਿਕਲ ਰਹੀਆਂ ਰੋਜ਼। ਆ ਹੁਣ ਤੁਸੀਂ ਮੈਨੂੰ ਪਹਿਲਾਂ ਸਵਾਲ ਇਹਨਾਂ ਦੇ ਮੰਤਰੀ ਬਾਰੇ ਪੁੱਛਿਆ ਵੀ ਕੱਢੋ ਜੀ ਉਹਨੂੰ, ਮੈਂ ਤਾਂ ਫਿਰ ਨਹੀਂ ਕਿਹਾ ਵੀ ਚਲੋ ਕੋਈ ਨਹੀਂ। ਇੱਕ ਸੁਖਪਾਲ ਖਹਿਰਾ ਨੇ ਤੁਹਾਡਾ ਵੀ ਕਹਿਣਾ ਹੈ ਕਿ ਜ਼ਮਾਨਤ ਮਿਲਦੀ ਹੈ ਫਿਰ ਨਵਾਂ ਕੇਸ ਦੇ ਅੰਦਰ ਕਰ ਦਿੰਦੇ ਆ। ਦੇਖੋ, ਖਹਿਰਾ ਸਾਹਿਬ ਇੱਕ ਸ਼ੇਰ ਆ, ਸ਼ੇਰ ਨਹੀਂ ਬੱਬਰ ਸ਼ੇਰ ਆ, ਅਤੇ ਫਿਰ ਕੀ ਫਰਕ ਪੈ ਜੂਗਾ, ਹੋਰ ਮਹੀਨਾ ਰੱਖ ਲੈਣਗੇ ਅੰਦਰ, ਫਿਰ ਕੀ ਹੋਜੂ। ਇਸ ਕਰਕੇ ਇਹ ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ 'ਚ, ਉਨਾ ਹੀ ਉਹ ਤਕੜੇ ਹੋਣਗੇ। ਪੋਲੀਟੀਕਲ ਬੰਦੇ ਨੂੰ ਤਾਂ ਜੇਲ੍ਹ, ਮਤਲਬ ਪੋਲੀਟੀਕਲ ਬੰਦਾ ਤਾਂ ਜੇਲ੍ਹ ਭਾਲਦਾ ਏ, ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰ ਬੰਦਾ ਏ, ਸੱਚ ਤੇ ਖੜ੍ਹਾ ਏ, ਅਤੇ ਇਸ ਕਰਕੇ ਉਹ ਅੰਦਰ ਰੱਖਦੇ ਆ। ਅੰਦਰ ਰੱਖੇ ਤਾਂ ਕੀ ਹੋਜੂਗਾ, ਲੋਕ ਤਾਂ ਸਮਝਦੇ ਆ ਨਾ, ਲੋਕ ਤਾਂ ਦੇਖਦੇ ਆ ਨਾ। ਲੱਗਦਾ ਤੁਹਾਨੂੰ ਇਸ ਇਹਨਾਂ ਕਾਰਨਾਂ ਕਿ ਜਿਹੜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਗਠਜੋੜ, ਜਿਵੇਂ ਦਿੱਲੀ ਦੀ ਗੱਲ ਚੱਲਦੀ ਪੰਜਾਬ ਦੀ, ਇਹ ਕੁੜਿੱਤਣ ਹੋਰ ਵਧੇਗੀ ਕਿਵੇਂ ਆਪਸੀ ਗਠਜੋੜ? ਚਲੋ ਜੀ, ਉਹ ਤਾਂ ਹੁਣ ਤੁਹਾਨੂੰ ਵਾਰ ਵਾਰ ਆਪਾਂ ਕੀ ਗੱਲ ਕਰੀਏ, ਹਾਈ ਕਮਾਂਡ ਦੇ ਹੱਥ ਆ, ਜਿੱਦਣ ਉਹਨਾਂ ਨੇ ਕੁੜਿੱਤਣ ਕੱਢਣੀ ਉਹ ਕੱਢ ਦੇਣਗੇ, ਜਿੱਦਣ ਉਹਨਾਂ ਨੇ ਕੁੜਿੱਤਣ ਨਹੀਂ ਕੱਢਣੀ ਉਹ ਨਹੀਂ ਕੱਢਣਗੇ, ਇਹ ਤਾਂ ਉਹਨਾਂ ਦੇ ਹੱਥ ਹੈ। ਤੁਸੀਂ ਸਵਾਲ ਜਿਹੜਾ ਇਹ ਕੱਲ੍ਹ ਦੇ ਬਾਰੇ ਪੁੱਛੋ, ਜਿਹੜਾ ਐਸ ਜੀ ਪੀ ਸੀ ਦੇ ਉਹਦੇ ਰਾਜਵਾਨਾ ਸਾਹਿਬ ਨੇ ਕਹਿੰਦੇ ਮਿਲਾਂਗੇ, ਕੌਣ ਅੱਜ ਕਹਿੰਦੇ ਮੀਟਿੰਗ ਕਰਾਂਗੇ ਸੈਂਟਰ ਕੋਲ ਮਿਲਾਂਗੇ ਐਸ ਜੀ ਪੀ ਸੀ ਦੇ? ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹੁੰਦਾ, ਹੁਣ ਉਹਨਾਂ ਨੇ 27 ਦੀ ਤਰੀਕ ਦੇ ਤੀ, ਹੁਣ ਮੈਂ ਤੁਹਾਡੇ ਥਰੂ ਉਹ ਚਿੱਠੀਆਂ ਜਿਹੀਆਂ ਲਿਖਦਾ ਰਹਿੰਦੇ ਅੰਦਰੋਂ, ਮੈਨੂੰ ਨਹੀਂ ਲੱਗਦਾ ਵੀ ਉਹ ਰਾਜਵਾਣਾ ਚਿੱਠੀਆਂ ਲਿਖਦਾ। ਉਹਨਾਂ ਦੀ ਜਿਹੜੀ ਭੈਣ ਆ ਉਹ ਆਪ ਹੀ ਚਿੱਠੀਆਂ ਲਿਖ ਕੇ, ਜਿਹੜੀਆਂ ਉਹ ਬਾਹਰ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ, ਜਿਵੇਂ ਵੀ ਬਾਦਲਾਂ ਨੇ ਕਿਹਾ ਹੁੰਦਾ, ਦੇ ਦਿੰਦੇ ਆ ਲਿਖ ਕੇ। ਰਾਜਵਾਣਾ ਸਾਹਿਬ ਦੀ ਜਿਹੜੀ ਆ ਉਹ ਚਿੱਠੀ ਕੋਈ ਲਿਖੀ ਨਹੀਂ ਲੱਗਦੀ। ਅਤੇ ਉਦੋਂ ਬਾਅਦ ਜੇ ਰਾਜਵਾਣਾ ਬਹੁਤ ਆਪਣੇ ਆਪ ਨੂੰ ਕਹਿੰਦੇ ਸੀ ਤਾਂ ਹੁਣ 31 ਤਾਂ ਕੱਦੀ ਨਹੀਂਗੀ, ਹੁਣ ਬਹਿਣ ਭੁੱਖੜ ਤਾਲ 'ਤੇ। ਜੇ ਵਾਕਈ ਜੇ ਉਹਨੂੰ ਵਾਕਈ ਇਹ ਲੱਗਦਾ ਵੀ ਉਹ ਬਹੁਤ ਵੱਡਾ ਸੱਚਾ ਸੁੱਚਾ ਏ, ਤਾਂ ਹੁਣ ਭੁੱਖੜ ਤਾਲ 'ਤੇ ਕਿਉਂ ਨਹੀਂ ਬੈਠਾ 31 ਤੋਂ ਬਾਅਦ? ਉਹਨਾਂ ਨੇ ਤਾਂ ਕੁਛ ਸਾਹਿਬ ਦੇ ਜਥੇਦਾਰ ਕੁਛ ਨਹੀਂ ਕਰਨਗੇ, ਉਹਨਾਂ ਨੇ ਤਾਂ ਕੀਤਾ ਕੁਛ ਨਹੀਂ, ਉਲਟਾ ਤੁਸੀਂ ਬਿਆਨ ਸੁਣਿਆ ਹੀ ਆ ਜੋ ਆਇਆ ਏ, ਅਤੇ ਹੁਣ ਰਾਜਵਾਣਾ ਕਿਹਨੂੰ ਉਡੀਕਦੇ ਆ ਹੁਣ ਬਹਿਣ ਭੁੱਖੜ ਤਾਲ 'ਤੇ? ਕਿਉਂਕਿ ਪਿਛਲੀ ਭੁੱਖੜ ਤਾਲ 'ਤੇ ਜਦੋਂ ਬੈਠੇ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਸੇ ਨੇ ਸੀਵ ਨਹੀਂ ਕੀਤੀ, ਅਤੇ ਇਸ ਕਰਕੇ ਉਹ ਉਸੇ 'ਤੇ ਹੁਣ ਚਿੱਠੀਆਂ ਲਿਖ ਕੇ ਵੀ ਮੈਂ ਤਾਂ ਜੀ ਕੋਰਟ 'ਚ ਜੋ ਕਹਿਣਾ ਸੀ ਮੈਂ ਕਹਿ ਲਿਆ, ਹੁਣ ਅਮਿਤ ਸ਼ਾਹ ਜੀ ਨੂੰ ਹੋਮ ਮਿਨਿਸਟਰ ਨੂੰ ਮਿੰਨਤਾਂ ਹੀ ਕਰ ਰਿਹਾ ਨਾ ਚਿੱਠੀਆਂ ਲਿਖ ਕੇ। ਜੇ ਉਹ ਵੱਡਾ ਬਹੁਤ ਵੱਡਾ ਦਲੇਰ ਸੀ, ਇਹ ਤਾਂ ਗਦਾ ਕਾਇਰ ਬੰਦੇ ਆ, ਪੁਲਿਸ ਦੀ ਵਰਦੀ 'ਚ ਸੀ ਇਹ, ਪੁਲਿਸ ਵਾਲਿਆਂ ਨਾਲ ਰਲ ਕੇ ਜਿਹੜਾ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਦਾ ਜਿਹੜਾ ਹੋਇਆ ਸੀ ਉਹ 'ਚ ਪੁਲਿਸ ਵਾਲੇ ਰਲਾਏ ਸੀ, ਜਿਹੜੇ ਗੱਡੀ ਅੰਦਰ ਜਾਣੀ ਆ ਉਹ ਗੇਟ ਵਾਲੇ ਨੂੰ ਰਲਾਇਆ ਹੋਇਆ ਸੀ, ਹੋਰ ਰਲਾਇਆ ਸੀ, ਤਾਂ ਕਾਇਰ ਬੰਦੇ ਨੇ। ਇਸ ਕਰਕੇ ਤੁਸੀਂ ਵੀ, ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਅੱਜ ਬੜੇ ਵੱਡੇ ਟੈਰਰਿਸਟਾਂ ਦੇ ਮੈਂ ਮੰਨਦਾ ਕੌਕੇ ਸਾਹਿਬ ਦੀ ਸਾਡੀ ਉਹਨਾਂ ਨਾਲ 100% ਸਿੰਪਥੀ ਆ ਵੀ ਉਹਨਾਂ ਨਾਲ ਜਿਹੜਾ ਧੱਕਾ ਕੀਤਾ ਉਸ ਵੇਲੇ, ਇਹ ਉਹਨਾਂ ਦੇ ਰਾਗੀ ਪਾਠੀ ਭੇਜਦੇ ਰਹੇ ਨੇ ਉਹਨਾਂ ਦੇ, ਅਤੇ ਅੱਜ ਤੱਕ ਗੱਲ ਨਹੀਂ ਕੀਤੀ। ਪਰ ਤੁਸੀਂ ਵੀ ਮੀਡੀਆ ਵਾਲਿਆਂ ਨੂੰ ਵੀ ਮੈਂ ਕਹਿਣਾ, ਉਹ ਪਰਿਵਾਰਾਂ ਦੇ ਵੀ ਤਾਂ ਜਾਓ ਜਿਨ੍ਹਾਂ ਨੇ ਅੱਤਵਾਦੀਆਂ ਨੂੰ ਮਾਰਿਆ ਸੀ, ਤੁਸੀਂ ਵੀ ਕੋਈ ਡਰਦੇ ਬੋਲਦੇ ਨਹੀਂ ਗੇ AK-47 ਤੋਂ, ਜਿਨ੍ਹਾਂ ਨੂੰ ਲਾਈਨਾਂ 'ਚ ਲਾ ਕੇ ਜਿਹੜੇ ਪਰਿਵਾਰ ਮਾਰੇ ਸੀ
ਤੁਸੀਂ ਕੋਈ ਚੈਨਲ ਵਾਲਾ ਗਿਆ ਉਹਨਾਂ ਦੇ ਘਰ? ਤੁਹਾਨੂੰ ਅੱਤਵਾਦੀਆਂ ਦੇ ਘਰ ਤਾਂ ਦਿਖਦੇ ਆ, ਅਤੇ ਜਿਹੜੇ ਅੱਤਵਾਦੀਆਂ ਨੇ ਮਾਰੇ ਸੀ, ਮੀਡੀਆ ਵਾਲਿਆਂ ਨੂੰ ਮੈਂ ਖਾਸ ਤੌਰ 'ਤੇ ਕਹਿਣਾ, ਤੁਸੀਂ ਕਿਸੇ ਦੇ ਘਰ ਗਏ ਜਿਹੜੇ ਲਾਈਨਾਂ 'ਚ ਲਾ ਕੇ, ਬੱਸਾਂ 'ਚੋਂ ਲਾ ਕੇ ਜਿਹੜੇ ਹਿੰਦੂ ਸਿੱਖ ਮਾਰੇ ਜਾਂਦੇ ਸੀ, ਕੋਈ ਤੁਹਾਡੇ 'ਚ ਹਿੰਮਤ ਨਹੀਂ? ਤੁਸੀਂ ਵੀ AK-47 ਤੋਂ ਡਰਦੇ ਹੋ? ਉਹ ਦੋ ਬਜ਼ੁਰਗ, ਇੱਕ ਉਹਨਾਂ ਨੇ ਤਾਂ ਚਾਹੀਆ ਹੀ ਕੀਤਾ ਹੋਇਆ, ਉਹ ਦੋ ਬਜ਼ੁਰਗ ਬਹਿ ਜਾਂਦੇ ਆ ਰੋਜ਼ ਡਿਬੇਟ ਕਰਨ, ਸੀਨੀਅਰ ਪੱਤਰਕਾਰ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਸਮਝ ਜਾਣਗੇ, ਉਹਨਾਂ ਨੇ ਕੰਮ ਹੀ ਇਹ ਫੜਿਆ ਹੋਇਆ ਵੀ ਖਾਲਿਸਤਾਨ ਬਣਾ ਕੇ ਹੀ ਰਹਿਣਾ ਹੈ। ਤੁਸੀਂ ਯਾਰ ਦੇਖੋ ਤਾਂ ਸਹੀ, ਉਦੋਂ ਜਿਹੜੇ 30,000 ਜਿਹੜੇ ਤਾਂ ਤੁਸੀਂ ਕਹਿੰਦੇ ਹੋ ਜੀ ਨਜਾਇਜ਼, ਜਿਨ੍ਹਾਂ ਦਾ ਪਤਾ ਨਹੀਂ ਗਾ, ਜਿਨ੍ਹਾਂ ਦਾ ਪਤਾ ਨਹੀਂ ਗਾ, ਲਿਸਟਾਂ ਨਹੀਂ ਗੀਆਂ, ਉਹ ਜਿਨ੍ਹਾਂ ਦਾ ਬੋਡੀਜ਼ ਨਹੀਂ ਮਿਲੀਆਂ ਜਾਂ ਪਤਾ ਨਹੀਂ ਲੱਗਿਆ, ਉਹ ਜਿਨ੍ਹਾਂ ਦਾ ਪਤਾ ਉਹਨਾਂ ਦੇ ਬਾਰੇ ਤਾਂ ਗੱਲ ਕਰੋ। ਜਿਹੜੇ 30,000 ਹਿੰਦੂ ਸਿੱਖ ਮਾਰੇ ਆ ਉਦੋਂ, ਉਹਨਾਂ ਦੀ ਕੌਣ ਗੱਲ ਕਰੂਗਾ? ਮਾਰਨ ਵਾਲਿਆਂ ਦੀ ਅੱਜ ਗੱਲ ਕਰੀ ਜਾਂਦੇ ਆ। ਮੈਨੂੰ ਇਸ ਗੱਲ ਨਾਲ ਬੜਾ ਦੁੱਖ ਆਉਂਦੀ ਹੈ, ਕੋਈ ਬੋਲਦਾ ਵੀ ਨਹੀਂ ਗਾ। ਮੈਂ ਇਕੱਲਾ ਇਸ ਗੱਲ ਨੂੰ ਉਠਾਉਂਦਾ ਰਹਿਣਾ ਵੀ ਲੋਕੋ ਯਾਦ ਤਾਂ ਕਰੋ ਵੀ ਕਿਵੇਂ 5-5 ਵਜੇ ਤੱਕ ਜਿਹੜਾ ਸਾਰਾ ਕੁਛ ਬੱਸਾਂ 'ਚੋਂ ਲਾਹ ਕੇ ਕਿਵੇਂ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੀ। ਪੁਲਿਸ ਵਾਲੇ ਤਾਂ ਵਿਚਾਰੇ ਆਪਣਾ ਆਈ ਕਾਰਡ ਲੁਕੋ ਕੇ ਜਾਂਦੇ ਸੀ, ਘਰੇ ਵੀ ਜੇ ਜਾਂਦੇ ਸੀ ਵੀ ਪਤਾ ਨਾ ਲੱਗ ਜੇ ਸਾਨੂੰ ਮਾਰ ਦੇਣਗੇ, ਉਹਨਾਂ ਦੀ ਕੋਈ ਗੱਲ ਨਹੀਂ ਕਰਦਾ। ਤੁਸੀਂ ਲੁਧਿਆਣੇ 'ਚੋਂ, ਤੁਸੀਂ ਲੁਧਿਆਣੇ ਵਾਲੇ ਪਰਿਵਾਰ ਲੱਭੋ, ਕਿਹਨਾਂ ਨੂੰ ਟੈਰਰਿਸਟਾਂ ਨੇ ਮਾਰਿਆ ਸੀ, ਲੁਧਿਆਣੇ ਜ਼ਿਲ੍ਹੇ 'ਚ ਲੱਭ ਲਓ। ਸਭ ਤੋਂ ਵੱਡਾ ਇੱਥੇ ਇੰਸੀਡੈਂਟ ਟ੍ਰੇਨ ਦਾ ਹੋਇਆ ਸੀ, ਸਭ ਤੋਂ ਵੱਡਾ ਬੱਸਾਂ 'ਚੋਂ ਲਾਹ ਕੇ ਮਾਰੇ ਸੀ। ਪਤਾ ਨਹੀਂ ਤੁਸੀਂ ਵੀ ਜਾਂ ਤੁਹਾਨੂੰ ਧਮਕੀਆਂ ਤੋਂ ਤੁਸੀਂ ਡਰਦੇ ਹੋ ਵੀ ਉਹ ਤੁਹਾਨੂੰ ਧਮਕੀਆਂ ਦੇ ਦੇਣਗੇ, ਉਹ ਗਰੀਬ ਦੇ ਘਰੇ ਤਾਂ ਕਿਸ ਦੇ ਜਾਇਓ,